ਅਸਲਾਮ ਵਾਲੇਕਮ ਸਿਆਸੀ ਡੇਰਾ ਤੇ ਖੁਸ਼ ਆਮਦਿਦ ਹਜ਼ੂਰ ਸਾਡੀ ਦੁਆਏ ਕਿ ਤੁਸੀਂ ਜਿੱਥੇ ਵੀ ਤਸ਼ਰੀਫ ਫਰਮਾਓ ਅੱਲਾ ਪਾਕ ਤੁਹਾਡੇ ਤੇ ਆਪਣਾ ਖਾਸ ਫਜ਼ਲ ਔਰ ਰਹਿਮ ਫਰਮਾਏ ਤੇ ਮਿਠਾ ਜੀ ਮਲਤਾਨ ਤੋਂ ਬਹੁਤ ਵੱਡੀ ਖਬਰ ਲੈ ਕੇ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋ ਚੁੱਕੇ ਹਾਂ ਜਿਸ ਦਿਨ ਦਾ ਮਲਤਾਨ ਦੇ ਵਿੱਚ ਅਲੀ ਮੁਸਾ ਗਿਲਾਨੀ ਨੇ ਸ਼ਾਹ महमूद ਕੁਰੀਸ਼ੀ ਨੂੰ ਹਰਾਇਆ ਉਸ ਦਿਨ ਦਾ ਮਲਤਾਨ ਦੇ ਵਿੱਚ ਇੱਕ ਅਜੀਬੋ ਗਰੀਬ ਕਿਸਮ ਦਾ ਸਮਾਂ ਹੈ ਔਰ ਲੋਕੀ ਜਸ਼ਨ ਮਨਾ ਰਹੇ ਨੇ ਔਰ ਮਠਿਆਈਆਂ ਵੰਡ ਰਹੇ ਨੇ ਔਰ ਲੁੱਡੀਆਂ ਪਾ ਰਹੇ ਨੇ ਕਿਉਂਕਿ ਉਹ ਸਮਝਦੇ ਨੇ ਕਿ ਇਸ ਫਿਤਨੇ ਕੋਲੋਂ ਇਸ ਸ਼ਾ ਮਮੂਦ ਗੁਰੈਸ਼ੀ ਕੋਲੋਂ ਸਾਡੀ ਜਾਨ ਛੁੱਟ ਗਈ ਹੈ ਔਰ ਆਵਾਮ ਨੇ ਅੱਗੋਂ ਆਪਣਾ ਇੱਕ ਮਨਜ਼ਰਨਾਮਾ ਜਿਹੜਾ ਆਪਣਾ ਮੂਡ ਜਿਹੜਾ ਉਹ ਦੱਸ ਛੜਿਆ ਕਿ ਇਹ ਗੁਰੈਸ਼ੀ ਔਰ ਨਿਆਜ਼ੀ ਇਹ ਦੋਨੋਂ ਫਿਤਨੇ ਨੇ ਪਾਕਿਸਤਾਨ ਦੇ ਦੁਸ਼ਮਣ ਨੇ ਪਾਕਿਸਤਾਨ ਦੀ ਆਵਾਮ ਦੇ ਦੁਸ਼ਮਣ ਨੇ ਲਿਹਾਜ਼ਾ ਇਹਨਾਂ ਕੋਲ ਜਾਨ ਛੁਡਾਣ ਦਾ ਉਹਨਾਂ ਸਬਬ ਜਿਹੜਾ ਇਹ ਹੁਣ ਬਣਾ ਲਿਆ ਬੜੀ ਵੱਡੀ ਖਬਰ ਹੈ ਜਿਹੜੀ ਅਸੀਂ ਤੁਹਾਡੀ ਖਿਦਮਤ ਵਿੱਚ ਪੇਸ਼ ਕਰਨ ਲੱਗੇ ਹਾਂ ਮੁਲਤਾਨ ਤੋਂ ਔਰ ਇਸਲਾਮਾਬਾਦ ਤੋਂ ਔਰ ਸਭ ਤੋਂ ਪਹਿਲੇ ਮੈਂ ਅਲੀ ਮੂਸਾ ਗਿਲਾਨੀ ਨੂੰ ਯੂਸਫ ਰਜ਼ਾ ਗਿਲਾਨੀ ਨੂੰ ਔਰ ਪੀਪਲਸ ਪਾਰਟੀ ਨੂੰ ਔਰ ਬਲਾਵਲ ਸਾਹਿਬ ਨੂੰ ਬੜੀ ਬੜੀ ਮੁਬਾਰਕਬਾਦ ਪੇਸ਼ ਕਰਨਾ ਕਿ ਤੁਸੀਂ ਜਿਸ ਦਿਲ ਜਮੀ ਦੇ ਨਾਲ ਇਹ ਇਲੈਕਸ਼ਨ ਲੜਿਆ ਔਰ ਇਸ ਡੱਬੇ ਨੂੰ ਹਰਾਇਆ ਬਿਲਕੁਲ ਤੁਹਾਨੂੰ ਸਲਾਮ ਪੇਸ਼ ਕਰਨਿਆ ਔਰ ਤੁਸੀਂ ਬਹੁਤ ਵੱਡਾ ਮਾਰਕਾ ਜਿਹੜਾ ਹੈ ਮਾਰਿਆ ਔਰ ਮਲਤਾਨ ਦੇ ਉੱਤੇ ਮੁਸਲਤ ਇੱਕ ਫਿਤਨੇ ਦਾ ਖਾਤਮਾ ਤੁਸੀਂ ਕਿਤਿਆ ਮੈਂ ਸੁਣੀ ਨਾ ਕਿ ਬੜਾ ਵੱਡਾ ਮਾਰਕਾ ਹੈ ਤੇ ਜਿਆਲਿਆਂ ਨੂੰ ਬੜੀ-ਬੜੀ ਮੁਬਾਰਕ ਹੋਏ ਸਾਡੇ ਵੱਲੋਂ ਅੱਛਾ ਖਬਰ ਜਿਹੜੀ ਤੁਹਾਡੇ ਨਾਲ ਸ਼ੇਅਰ ਕਰਨੀ ਸਿਆਸਤ ਬੜੀ ਬੇਰਹਿਮ ਚੀਜ਼ ਆ ਸਿਆਸਤ ਦੇ ਸੀਨੇ ਦੇ ਵਿੱਚ ਦਿਲ ਨਹੀਂ ਹੁੰਦਾ ਸਿਆਸਤ ਹਰ ਰੋਜ਼ ਦਾ ਖੇਡ ਹਰ ਰੋਜ਼ ਬਦਲਦੀਏ ਕਦੀ ਅੱਗੇ ਕਦੀ ਪਿੱਛੇ ਕਦੀ ਅੱਗੇ ਕਦੀ ਪਿੱਛੇ ਕੋਈ ਸਿਆਸਤ ਦੇ ਵਿੱਚ ਕੋਈ ਚੀਜ਼ ਵੀ ਮੁਸਤਕਿਲ ਨਹੀਂ ਹੁੰਦੀ ਇਹ ਸਿਆਸਤ ਦੇ ਅਸੂਲ ਨੇ ਨਿਆਜ਼ੀ ਔਰ ਕੁਰੈਸ਼ੀ ਇਹ ਕਿਸ ਤਰ੍ਹਾਂ ਟਿਚ ਬਟਨਾ ਦੀ ਜੋੜੀ ਹੋਏ ਇਹ ਵੀ ਤੁਹਾਨੂੰ ਪਤਾ ਹੈ ਸਾਰੀ ਤਾਰੀਖ ਤੁਹਾਨੂੰ ਪਤਾ ਹੈ ਔਰ ਕੁਰੈਸ਼ੀ ਦੀ ਤਾਰੀਖਾ ਵੀ ਤੁਹਾਨੂੰ ਪਤਾ ਹੈ ਕਿ ਇਹ ਸਟੈਬਲਿਸ਼ਮੈਂਟ ਯਾਨੀ ਕਿ ਗੇਟ ਨੰਬਰ 4 ਦਾ ਸ਼ੇਖ ਰਸ਼ੀਦ ਤੋਂ ਬਾਅਦ ਜਿਹੜਾ ਅਗਲਾ ਚੌਕੀਦਾਰ ਹੈ ਉਹ ਸ਼ਾ ਮਮੂਦ ਕੁਰੈਸ਼ੀ ਹੈ ਉਹਨਾਂ ਦੀ ਆਸ਼ੀਰਵਾਦ ਤੋਂ ਇਲਾਵਾ ਇਹ ਆਪਣਾ ਕਾਉਂਸਲਰ ਨਹੀਂ ਬਣ ਸਕਦਾ ਇਹ ਹਾਂ ਇਹਦੇ ਮੁਰੀਦ ਹੈ ਕਿਉਂਕਿ ਇਹ ਢੇਰੀਆਂ ਦੀਆਂ ਕਮਾਈਆਂ ਖਾਂਦੇ ਨੇ ਮੁਰੀਦ ਹਨ ਇਹਦੇ 5-7 ਹਜ਼ਾਰ ਮਲਤਾਨ ਐਚਵੀ ਤੇ ਉਧਰ ਉਮਰਕੋਟ ਵਾਲੀ ਕੋ 5-7 ਹਜ਼ਾਰ ਗਰੀਬ ਗੁਰਬਾ ਜਿਹੜੇ ਸਾਰਾ ਦਿਨ ਗੋਡੀਆਂ ਕਰਦੇ ਨੇ ਮਿੰਟਾਂ ਕਰਦੇ ਨੇ ਔਰ ਜੋ ਕਮਾਉਂਦੇ ਨੇ ਲਿਆ ਕੇ ਇਹਨਾਂ ਦੀ ਢੇਰੀ ਦੇ ਉੱਤੇ ਇਹਨਾਂ ਨੂੰ ਦੇ ਛੱਡਦੇ ਨੇ ਮੈਂ ਉਹਨਾਂ ਅੱਗੇ ਵੀ ਆਣਾ ਖੁਦਾਰਾ ਆਪਣੇ ਬੱਚਿਆਂ ਨੂੰ ਖਵਾਇਆ ਕਰੋ ਇਹ ਜ਼ਾਲਮ ਲੋਗ ਨੇ ਇਹਨਾਂ ਨਾਲ ਨਾ ਜਾਇਆ ਕਰੋ لیکن تعلیم ਜੇ ਜਦੋਂ ਜਿਵੇਂ ਜਿਵੇਂ ਆਮ ਹੋਏਗੀ ਤੇ ਆਪੇ ਹੀ ਇਹਨਾਂ ਦੀਆਂ ਢੇਰੀਆਂ ਜਿਹੜੀਆਂ ਡਾਲਰ ਕਮਾਉਂਦੀਆਂ ਨੇ ਉਹ ਖਤਮ ਹੋ ਜਾਣਗੀਆਂ ਤੇ ਇਹ ਫਨਾਫਿਲਾ ਹੋ ਜਾਣਗੇ ਸਾਡੀ ਦੁਆ ਇਹ ਦੁਆ ਹੀ ਕਰ ਸਕਦੇ ਮਿੱਠਾ ਨਿਆਜ਼ੀ اور قریشی ਇਹਨਾਂ ਦੇ راستے ਜਿਹੜੇ ਨੇ ਇਹ ਜੁਦਾ ਹੋ ਚੁੱਕੇ ਨੇ ਬੜੀ ਸਖਤ ਲੜਾਈ ਹੋਈ ਹੈ ਬੜੀ ਵੱਡੀ ਖਬਰ ਅਸੀਂ ਤੁਹਾਡੇ ਇਹ ਇਹ ਸਾਹਮਣੇ ਲੈ ਕੇ ਆ ਰਹੇ ਹਾਂ ਕਿ ਜਿਵੇਂ ਹੀ ਉਹ ਇਲیکشن ਹਾਰਿਆ ਜਾਂਦਾ ਵੀ 50000 ਦੀ ਲੀਡ ਤੋਂ ਜਿੱਤਿਆ ਗਲਾਨੀ ਨਾਲ ਹੀ ਮਾਈ ਪੀਰਨੀ ਦਾ ਜਿਹੜਾ ਸੋਸ਼ਲ ਮੀਡੀਆ ਵਿੰਗ ਆ ਜਿਹੜੀ ਉਹ ਦੁਬਈ ਤੋਂ ਔਰ ਇੰਡੀਆ ਤੋਂ ਔਰ ਇਸਰਾਇਲ ਤੋਂ ਚਲਾਉਂਦੀ ਹੈ ਹੁਣ ਤੁਸੀਂ ਚੈੱਕ ਕਰੋ ਜਰਾ ਗੇਮਾ ਕੀ ਪਖੀਆਂ ਉਹ ਜਿਹੜਾ ਸੋਸ਼ਲ ਮੀਡੀਆ ਸੀ ਉਹਨੇ ਕੁਰੇਸ਼ੀ ਦੀ ਜਿਹੜੀ ਕੁੜੀ ਸੀ ਜਿਹੜਾ ਜਿਹੜੀ ਇਲੈਕਸ਼ਨ ਲੜ ਰਹੀ ਸੀ ਉਹਦੀਆਂ ਕਿਉਂਕਿ ਉਹ ਅਮਰੀਕਾ ਚ ਪੜੀ ਹੈ ਢੇਰੀਆਂ ਦੀ ਕਮਾਈ ਢੇਰੀਆਂ ਦੀ ਕਮਾਈ ਗਰੀਬਾਂ ਦੇ ਪਸੀਨੇ ਤੇ ਢੇਰੀਆਂ ਦੀ ਕਮਾਈ ਤੇ ਆਪ ਅਮਰੀਕਾ ਪੜਦੇ ਨੇ ਬੱਚੇ ਤੇ ਢੇਰੀਆਂ ਉਥੇ ਰੱਖੇ ਨੇ ਜਿੱਥੋਂ ਡਾਲਰ ਜਿਹੜੀਆਂ ਕਮਾਉਂਦੀਆਂ ਆ ਢੇਰੀਆਂ ਸਮਝਦੇ ਹੋ ਕਿ ਨਹੀਂ ਕਬਰਾਂ ਦੀ ਗੱਲ ਕਰਨਾ ਪਿਆ ਉਹ ਅਮਰੀਕਾ ਪਰਦੀ ਸੀ ਜ਼ੈਰੀ ਗੱਲ ਹੈ ਅਮਰੀਕਾ ਦੇ ਵਿੱਚ ਜੋ ਸਿਸਟਮ ਹੈ ਕਾਲਜਾਂ ਯੂਨੀਵਰਸਿਟੀਆਂ 'ਚ ਤੁਸੀਂ ਡਾਂਸ ਦੇਪਾ ਕਰਨ ਵੀ ਜਾਂਦੇ ਹੋ ਕਲੱਬਾਂ ਕਲੱਬਾਂ 'ਚ ਵੀ ਜਵਾਨ ਮੁੰਡੇ ਕੁੜੀਆਂ ਜਾਂਦੇ ਨੇ ਆਪਣਾ ਜੋ ਹਰ ਬੰਦੇ ਦੀ ਆਪਣੀ ਇੱਕ ਜ਼ਿੰਦਗੀ ਹੈ ਉਹ ਕਰਦੇ ਨੇ ਇਹ ਪੀਰਨੀ ਜਿਹੜੀ ਆ ਇਹਨੇ ਦੁਬਈਆਂ ਉਹਦੇ ਖਿਲਾਫ ਉਹਦੀਆਂ ਤਸਵੀਰਾਂ ਸ਼ਾਇਆ ਕਰਾਉਣੀਆਂ ਸ਼ੁਰੂ ਕਰ ਦਿੱਤੀਆਂ ਆਪਣੇ ਸੋਸ਼ਲ ਮੀਡੀਆ 'ਤੇ જરા اندازہ ਲਾਓ ਬਈ ਕਿਸ ਤਰ੍ਹਾਂ ਇਹ ਇਹ ਮਾਈ ਪੀਰਨੀ ਜਿਹੜੀ ਆ ਇਹ 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 ਰੋਲਦੀ ਐ ਬਈ ਕੁਰੇਸ਼ੀਨ ਸ਼ੁਰੂ ਕਰ ਦਿੱਤਾ ਟ੍ਰੈਂਡ ਚ ਲਾ ਦਿੱਤੇ ਫਲਾਣਾ ਤੇ ਉਰਾ ਮਰੂਸੀ ਸਿਆਸਤ ਤੇ ਐ ਐ ਦਾ ਕਰਦਾਰ ਸੀ ਤੇ ਫਲਾਣ ਤੇ ਫਲਾਣ ਤੇ ਫਲਾ ਉਹ ਸਰੀ ਗਾਲੇ ਕੁਰੇਸ਼ੀ ਜੋ ਵੀ ਹੈ ਕਿ ਸਿਆਸਤ ਦਾ ਨੇ ਜੁਗਾੜੀ ਆਦਮੀ ਹੈ ਠੀਕ ਹੈ ਉਹਦਾ ਆਪਣਾ ਵੋਟ ਨਹੀਂ ਹੈ ਨਾ ਲੇਕਿਨ ਟੇਰੀਆਂ ਨੇ ਟੇਰੀਆਂ ਤੋਂ ਬਾਅਦ ਵੱਡੇ ਲੋਕ ਨੇ ਜਿਨ੍ਹਾਂ ਦਾ ਇਹ ਉਏ ਇੱਕ ਉਹਦੀ ਸੇਤ ਹੈਗੀ ਆ ਵਜ਼ੀਰੇ ਖਰਜਾ ਰਹਿ ਚੁਕਿਆ ਉਹਦੀ ਕੋਈ ਇੱਜ਼ਤ ਹਲਕੀ ਭੁਲਕੀ ਤੇ ਹੈ ਨਾ ਉਹ ਘਰਤ ਖਾ ਗਏ ਉਹਨੇ ਫਿਰ ਫੋਨ ਕੱਢ ਮਾਰਿਆ ਫਿਰ ਨਿਆਜ਼ੀ ਨੂੰ ਉਹਨੇ ਕਿਹਾ ਤੇਰੀ ਉਹ ਸਾਖਿਆ ਐਸੀ ਦੀ ਤੈਸੀ ਮੈਂ ਵੀਡੀਓ ਤੇਰੀਆਂ ਗੰਦੀਆਂ ਜਿਹੜੀਆਂ ਨੇ ਮਾਰਕੀਟ ਦੇ ਵਿੱਚ ਨੇ ਸੱਤ ਤੇ ਜਿਹੜੀ ਸਭ ਤੋਂ ਗੰਦੀ ਗੰਦੀ ਤੇਰੀ ਉਹ ਸਾਖਿਆ ਵੀਡੀਓ ਉਹ ਮੁੰਡੇ ਨਾਲ ਹੈ ਤੇ ਤੂੰ ਮੇਰੇ ਖਾਨਦਾਨ ਦੀਆਂ ਤਸਵੀਰਾਂ ਜਿਹੜੀਆਂ ਨੇ ਪਰਸਨਲ ਇਹ ਤੂੰ ਚੜਾਣਾ ਪਿਆ ਸੋਸ਼ਲ ਮੀਡੀਆ ਤੇ ਪੀਰਨੀ ਕੋਲ ਦੁਬਈੋਂ ਇੰਡੀਆ ਤੋਂ ਤੇ ਇਜ਼ਰਾਇਲ ਤੋਂ ਤੈਨੂੰ ਸ਼ਰਮ ਆਣੀ ਚਾਹੀਦੀ ਚੰਗੀ ਭਲੀ ਇਹਨਾਂ ਦੀ ਫੋਨ ਦੇ ਉੱਤੇ ਜਫਗੜਫੀ ਯਾਨੀ ਕਿ ਗਾਲਮ ਗਲੋਚੀਆਂ ਜੋ ਵੀ ਫੋਨ ਤੇ ਹੋ ਸਕਦਾ ਉਹ ਹੁੰਦੀ ਹੈ ਚਸ਼ਨਦੀਪ ਦੱਸਦਾ ਹੈ ਕਿ ਕੁਰੇਸ਼ੀ ਨੇ ਕਿਹਾ ਕਿ ਇਹ ਇਹ ਉਹ ਇਹ ਚੱਕੀ ਚਲਵਾਂਦਾ ਲਿਆਜ਼ਾ ਮੈਂ ਇਹਨੂੰ ਛੱਡਣ ਦਾ ਫੈਸਲਾ ਕਰ ਲਿਆ ਮਤਲਬ ਤੁਸੀਂ ਅੰਦਾਜ਼ਾ ਲਾ ਲਓ ਕੁਰੇਸ਼ੀ ਦੇ ਵੀ ਕੁਰੇਸ਼ੀ ਦੇ ਵੀ ਹੁਣ ਪਤਾ ਲੱਗਾ ਬਈ ਚੱਕੀ ਚਲਵਾਂਦਾ ਹੈ ਇਲੈਕਸ਼ਨ ਤੋਂ ਪਹਿਲੇ ਉਹ ਵੀ ਨਹੀਂ ਬੋਲਿਆ। ਕ੍ਰੈਸ਼ੀ ਸਾਹਿਬ ਮਤਲਬ ਇਲੈਕਸ਼ਨ ਤੋਂ ਪਹਿਲੇ ਤੁਸੀਂ ਵੀ ਨਹੀਂ ਬੋਲੇ ਕਿ ਇਸ ਮੁੰਡੇ ਰੱਖੇ ਨੇ ਤੇ ਚੱਕੀ ਚਲਵਾਉਂਦਾ। ਜਦੋਂ ਆਪਣੇ ਤੇ ਗੱਲ ਆਈ ਆ। ਉਦੋਂ ਕਿਹਾ ਬਈ ਤੇ ਚੱਕੀ ਚਲਵਾਉਂਦਾ ਤੇ ਮੇਰੀ ਫੈਮਲੀ ਦੀਆਂ ਤਸਵੀਰਾਂ ਜਿਹੜੀਆਂ ਨੇ ਇਹ ਕੱਢੀ ਜਾਂਦਾ ਯੂਨੀਵਰਸਿਟੀ ਦੀਆਂ ਤੇ ਕੱਲ ਜਾਂਦਾ ਇਹ ਬੜਾ ਬਦਨਾਮੇ ਜ਼ਮਾਨਾ ਆਦਮੀ ਹੈ ਫਲਾਣ ਤੇ ਫਲਾਣ ਤੇ ਫਲਾਣ ਤੇ ਪਹਿਲੇ ਇਹੋ ਹੀ ਗੱਲਾਂ ਇਲੈਕਸ਼ਨ ਤੋਂ ਪਹਿਲੇ ਕਰ ਲੇਦੇ। ਤੇ ਐਲਾਨ ਕਰਨ ਦੇ ਤੱਕ ਮੈਂ ਉਹਨੂੰ ਛੱਡ ਰਿਹਾ ਲੱਗਦਾ ਮੈਨੂੰ ਪਤਾ ਲੱਗ ਗਿਆ ਬਈ ਇਹਦੀ ਵੀਡੀਓ ਨੇ ਮੁੰਡਿਆਂ ਨਾਲ ਮੈਂ ਨਹੀਂ ਇਹਦੀ ਪਾਰਟੀ ਦਾ ਹਿੱਸਾ ਹੋ ਸਕਦਾ। ਇਹ ਤਾਂ ਨਹੀਂ ਆਵਾਮ ਦੀ ਖਾਤਰ ਨਹੀਂ ਕਰਨਾ ਹੈ ਆਪਣੇ ਤੇ ਜਦੋਂ ਆਂਦੀ ਹੈ ਉਦੋਂ ਕਰਦੇ ਨੇ ਤੇ ਸਿਆਸੀ ਡੇਰਾ ਐਸਾ ਪਲੇਟਫਾਰਮ ਹੈ ਅਸੀਂ ਆਵਾਮ ਆਸਤੇ ਗੱਲ ਕਰਦੇ ਸਾਡਾ ਕੋਈ ਇੰਟਰਸਟ ਨਹੀਂ ਕਿਸੇ ਚੀਜ਼ ਵਿੱਚ ਸਿਰਫ ਆਵਾਮ ਐ ਪਾਕਿਸਤਾਨ ਨੂੰ ਅਸੀਂ ਸੱਚ ਦੱਸਣਾ ਹੁੰਦਾ ਇਹਨਾਂ ਦੀ ਚੰਗੀ ਭੜੀ ਫਿਰ ਲੜਾਈ ਹੋਈ ਲੜਾਈ ਤੋਂ ਬਾਅਦ ਅਗਲੇ ਦਿਨ ਹੀ ਉਹਨੇ ਬਣੀ ਗੱਲ ਐ ਜ ਇਜਲਾਸ ਬੁਲਾਇਆ ਸੀ ਇਹਨੂੰ ਦੁਬਾਰਾ ਉਹ ਪਾਰਟੀ ਨੂੰ ਫੋਨ ਹੁੰਦਾ ਜੀ ਬੜਾ ਅਹਿਮ ਇਜਲਾਸ ਐ ਕੋਰ ਕਮੇਟੀ ਦਾ ਤੇ ਪਹੁੰਚੋ ਇਹਨੇ ਕਿਹਾ ਮੈਂ ਨਹੀਂ ਆਣਾ ਦਫਾ ਉਹਨਿਕਰਾ ਦਾ ਫਿਲਹਾਲ ਕਲ ਨੂੰ ਜਫੀ ਪਾਲਣ ਸੰਨ ਨਹੀਂ ਪਤਾ ਕਿਉਂਕਿ ਸਿਆਸਤ ਦੇ ਸੀਨੇ ਚ ਦਿਲ ਨਹੀਂ ਹੁੰਦਾ ਡੱਬਾ ਪੀਰ ਜਿਹੜਾ ਉਹਨਾਂ ਘਰ ਦਾ ਰਿਆ ਤੇ ਨਾਲ ਕਾਟਦਾ ਰਿਆ ਮਲਤਾਨ ਦੇ ਵਿੱਚੋਂ ਵੀ ਉਹਦੀ ਸਿਆਸਤ ਦਾ ਉਹ ਕੱਢ ਦਿੱਤਾ ਔਰ ਰੰਗੀਲੇ ਦੇ ਨਾਲ ਵੀ ਇਹਨੇ ਗਾਲਾਂ ਗਲੋਚ ਕਰ ਲਈ ਹੁਣ ਅੱਗੋਂ ਮੰਜਰਨਾਮਾ ਕੀ ਏ ਏ ਏ ਡੱਬੇ ਦਾ ਮਨ ਡੱਬੇ ਦਾ ਮੰਜਰਨਾਮਾ ਕੋਸ਼ ਤੁਹਾਨੂੰ ਦੱਸ ਰਿਹਾ ਪਿਛਲੇ 6 ਮਹੀਨੇ ਤੋਂ ਇਹ ਜ਼ਰਦਾਰੀ ਸਾਹਬ ਦੇ ਤਰਲੇ ਕਰਦਾ ਸੀ ਪਿਆ ਚਸ਼ਮਦੀਦ ਕਹਿੰਦੇ ਨੇ ਕਿ ਮੈਨੂੰ ਆਪਣੀ ਪਾਰਟੀ ਚ ਲੈ ਲਓ ਮੈਂ ਇੱਥੇ ਨਹੀਂ ਰਹਿਣਾ ਖੁਦਾ ਦਾ ਨਾਮ ਜੀ ਮੈਨੂੰ ਲੈ ਲਓ ਉਹਨੇ ਕਿਹਾ ਨਹੀਂ ਬਤ ਤੂੰ ਬੜਾ ਹੀ ਕੋ ਘਟੀਆਂ ਸੱਤੈ ਨੂੰ ਨਹੀਂ ਲੈਣਾ ਤਰਲੇ ਕਰਦਾ ਰਿਹਾ ਪੈਰਾਂ ਚ ਬੈਠਾ ਰਿਹਾ ਮੈਨੂੰ ਲੈ ਲਓ ਲੈ ਲਓ ਲੈ ਲਓ ਲੇਕਿਨ ਉਹਨੇ ਕਿਹਾ ਹਵਾ ਤਫਾ ਨਹੀਂ ਭਾਈ ਹੁਣ ਨਹੀਂ ਹੁਣ ਇਹ ਫਿਰ ਦੁਬਾਰਾ ਕਿਸੇ ਪਾਰਟੀ ਵਿੱਚ ਸਿਰ ਤੁਨਣ ਦੀ ਕੋਸ਼ਿਸ਼ ਕਰੇਗਾ ਜ਼ੈਰੀ ਗੱਲ ਇਹ ਪੀਪਲਸ ਪਾਰਟੀ ਆ ਲੈ ਸਿਰ ਤੁਨਣ ਦੀ ਕੋਸ਼ਿਸ਼ ਕਰੇਗਾ ਹੁਣ ਪਤਾ ਨਹੀਂ ਗਲਾਨੀ ਸਾਹਿਬ ਜਿਹੜੇ ਨੇ ਇਹਨੂੰ ਉਧਰ ਆਣ ਦਿੰਦੇ ਨੇ ਕਿ ਨਹੀਂ ਨੂਨ ਲੀਗ ਨੇ ਤੇ ਨਹੀਂ ਆਣ ਦੇਣਾ ਪਿੱਛੇ ਦੇ ਕੋਲ ਕਿਹੜੀ ਪਾਰਟੀ ਰਹਿ ਜਾਂਦੀ ਹੈ ਜਿਹੜੀ ਪਾਰਟੀ ਜੰਗੀਰ ਤਰੀਨ ਨੇ ਬਣਾਣੀ ਆ ਹੋ ਸਕਦਾ ਉਹਦੇ ਨਾਲੇ ਮਿਲ ਜਾਏ ਉਹਦੇ ਨਾਲ ਵੀ ਨਹੀਂ ਮਿਲ ਸਕਦਾ ਕਿਉਂਕਿ ਲੜਾਈ ਬੜੀ ਸਖਤ ਹੁਣ ਪਤਾ ਨਹੀਂ ਕਿਹੜੀ ਪਾਰਟੀ 'ਚ ਜਾਂਦਾ ਇਧਰ ਇਹਨਾਂ ਦੀ ਜਫਗੜਫੀ ਹੋ ਚੁੱਕੀ ਹੈ ਲੜਾਈ ਝਗੜੇ ਮਾਰਕੁਟਾਈ ਜਿਹੜੀ ਇਹ ਸ਼ੁਰੂ ਹੋ ਚੁੱਕੀ ਹੈ ਇਲੈਕਸ਼ਨ ਵਾਲੀ ਰਾਤ ਤੋਂ ਬਾਅਦ ਜੋ ਅਸੀਂ ਤੁਹਾਨੂੰ ਦੱਸਿਆ ਹੁਣ ਇਹ ਵੇ ਕਿ ਅਗਰ ਇਹਨੂੰ ਪੀਪਲਜ਼ ਪਾਰਟੀ ਨਹੀਂ ਲੈਂਦੀ ਅਗਲੇ ਚੰਦ ਹਫ਼ਤਿਆਂ ਦੇ ਵਿੱਚ ਤੇ ਹੋ ਸਕਦਾ ਹੈ ਦੁਬਾਰਾ ਫਿਰ ਉੱਥੇ ਟੁੱਟੇ ਮਤਲਬ ਸਿਆਸਤ ਦੇ ਸੀਨੇ ਚ ਦਿਲ ਤੇ ਨਹੀਂ ਨਾ ਪਰ ਕੀ ਹੋਇਆ ਅੱਛਾ ਜੀ ਠੀਕ ਹੈ ਪੀਰ ਨਹੀਂ ਕੋਈ ਗਲਤੀ ਹੋ ਗਈ ਉਹਨੇ ਤਸ਼ੀਰਾਂ ਸਾਇਆ ਸ਼ਾਇਆ ਕਰ ਦਿੱਤੀਆਂ ਤੇ ਖਾਂ ਸਭ ਕੋਈ ਨਹੀਂ ਲੜਾਈ ਝਗੜੇ ਹੁੰਦੇ ਰਹਿੰਦੇ ਨੇ ਮੈਂ ਅਗਰ ਤੁਹਾਨੂੰ ਦੋ ਚਾਰ ਗਾਲਾਂ ਕੱਢ ਲਈਆਂ ਨੇ ਔਰ ਤੁਹਾਨੂੰ ਕਹਿ ਦਿੱਤਾ ਕਿ ਤੁਹਾਡੇ ਮੁੰਡਿਆਂ ਨਾਲ ਫਿਲਮਾਂ ਨੇ ਤੇ ਕੀ ਹੋ ਗਿਆ ਫਿਲਮਾਂ ਤੇ ਹਨ ਤੇ ਚਲੋ ਆਜੋ ਭਾਈ ਭਾਈਆਂ ਦੇ ਖੇਡਨੇ ਆ ਪਾਕਿਸਤਾਨ ਨਾਲ ਤੇ ਇਹ ਉਹ ਕੁਰੇਸ਼ੀ ਜਿਹੜਾ ਉਹਦੇ ਔਰ ਨਿਆਜ਼ੀ ਦੇ ਰਸਤੇ ਫਿਲਹਾਲ ਜਿਹੜੀ ਅੱਜ ਦੀ ਖਬਰ ਇਹ ਜੁਦਾ ਹੋਏ ਨੇ ਇਹਨਾਂ ਦੀ ਲੜਾਈ ਹੋਈ ਹੈ ਚੰਗੀ ਪਲੀ ਮਾਰਕੁਟਾਈ ਹੋਈ ਟੈਲੀਫੋਨ ਤੇ ਔਰ ਉਹ ਵੀ ਗਿਆਨੀ اجلاس ਦੇ ਵਿੱਚ ਤੇ ਅੱਗੋਂ ਹੁਣ ਇਹਨੂੰ ਕੋਈ ਪਾਰਟੀ ਲੈਂਦੀ ਏ ਕਿ ਨਹੀਂ ਲੈਂਦੀ ਕਿਉਂਕਿ ਕਚਰਾ ਮੇਰਾ ਨਹੀਂ ਅੰਦਾਜ਼ਾ ਕਿ ਕਚਰਾ ਹੋਣ ਕੋਈ ਪਾਰਟੀ ਲਵੇਗੀ ਲੇਕਿਨ ਸਿਆਸਤ ਇਹਦੇ ਸੀਨੇ 'ਚ ਦਿਲ ਨਹੀਂ ਹੁੰਦਾ ਹੁਣ ਵੇਨਿਆ ਕਿ ਡੱਬਾ ਪੀਰ ਅਗਲੇ ਕਿਹੜੇ ਸਟਾਪ ਤੇ ਜਾ ਕੇ ਖਲੋਂਦਾ ਬਹੁਤ ਸ਼ੁਕਰੀਆ